ਕੇ ਬੰਦਾ ਠੀਕ ਹੋ ਜਾਊਗਾ। 10% ਫਰਕ ਜ਼ਰੂਰ ਪਊਗਾ, ਅੱਜ ਕੱਲ੍ਹ 20 ਪੈ ਜੂ, ਫਿਰ 30 ਪੈ ਜੂ, ਮਹੀਨੇ ਜਾਂ 100 ਪੈ ਜੂਗਾ, ਫਿਰ ਛੱਡੇ ਹੋਣਾ ਬਾਟਾ। ਜੇ ਬਾਟਾ ਛੱਡਦਾ ਦੁਬਾਰੇ ਹੋਣਾ ਭਾਂਡਾ ਜੋ ਕੇ ਬਿਮਾਰ ਫਿਰੋ, ਇਹ ਬਾਟਾ ਤਾਂ ਲੈ ਕੇ ਚੱਲਿਆ ਕਹਿੰਦੇ ਮੈਨੂੰ ਵਾਹਿਗੁਰੂ ਛਪੋ ਜੀ ਸਾਰਿਆਂ ਨੂੰ ਬਣਾ ਵਾ ਤਾਹੀ ਤਾਂ ਹੁੰਦੇ ਆ। ਚਾਰ ਨਾਲ ਫਰਕ ਪੈ ਗਿਆ, ਨੀਂਦ ਆਈ, ਵਧੀਆ ਆਈ, ਬਿਲਕੁਲ ਠੀਕ ਆ। ਅੱਜ ਦੂਜਾ ਦਿਨ ਆ, ਮੈਂ 2 ਦਿਨ ਚ ਕਰਾਂ ਮਾਤਾ ਕੀ ਹੋ ਗਈ ਭਾਲਦੇ ਚੱਕ ਲਿਓ ਬਾਟਾ ਤੇ ਪੜ੍ਹ ਲਿਓ ਬਾਣੀ ਤੇ ਪਾ ਲਿਓ ਬਾਣਾ, ਨਹੀਂ ਤਾਂ ਪੰਜਾਬ ਦੇ ਵਿੱਚ ਅੰਗਰੇਜ਼ੀ ਖਾਣਾ ਅੰਗਰੇਜ਼ੀ ਬਾਣਾ ਤੇ ਬਾਹਰ ਜਾਣਾ, ਆਹੀ ਕੁਝ ਰਹਿ ਗਿਆ। ਠੀਕ ਹੈ ਬਾਟੇ ਦਾ ਜਿਹਨੇ ਲਾਇਆ ਸੀ ਉਹ ਛੱਡ ਗਏ, ਅੰਮ੍ਰਿਤ ਛਕਿਆ ਸੀ ਬਾਟੇ 'ਚ ਉਹ ਲਾਇਆ ਉੱਥੇ ਛੱਡ ਗਏ, ਵੀ ਫਿਰ ਬਾਟਾ ਆ ਗਿਆ ਹੁਣ ਨਾ ਛੱਡਿਓ, ਉਦੋਂ ਦੱਸਿਆ ਨੀ ਅੱਜ ਤੁਹਾਨੂੰ ਦੱਸ ਰਿਹਾ ਹੁਣ ਨਾ ਛੱਡੇ ਬਾਟਾ। ਤੇ ਕਿਰਪਾ ਬਾਣੀ ਗੁਰੂ ਬਾਟਾ ਕਿਰਪਾ ਗੁਰੂ ਸਾਹਿਬ ਨੇ ਕਰਨੀ ਆ। ਠੀਕ ਹੈ ਸਾਡੇ ਘਰੇ ਦੇਗ ਤੇ ਤੇਗ ਹੋਣੀ ਚਾਹੀਦੀ ਆ, ਫਿਰ ਫਤਿਹ ਆ। ਸਾਡੇ ਘਰੇ ਨਾ ਦੇਗ ਆ ਨਾ ਤੇਗ, ਫਤਿਹ ਕਾਹਦੀ ਹੁੰਦੀ ਆ, ਸਾਡੇ ਘਰ ਦਾ ਸ਼ਰੀਰ ਦਾ ਫਲਾਵ ਨਹੀਂ ਹੁੰਦਾ, ਕਾਹਦੀ ਹੋਣੀ ਆ ਦੇਗ ਕਹਿੰਦੇ ਪ੍ਰਸਾਦ ਨੂੰ, ਆ ਦੇਗ ਆ ਤੇਗ ਫਿਰ ਫਤਿਹ। ਇੱਕ ਵਾਰ ਤਾਂ ਹੋ ਗਈ ਬੀਬੀਆਂ ਚਾਹ ਕੁਝ ਕਰਨ ਚਾਹੁੰਦੀਆਂ, ਕਹਿੰਦੀ ਸਾਡੇ ਨਾਲ ਤੂੰ ਹੀ ਪੀ ਲੈ 5 ਬਾਥਰੂਮ ਵੀ ਤੂੰ ਹੀ ਕਰ ਲੈ ਠੀਕ ਕਰ। ਵਾਹਿਗੁਰੂ 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 ਕਰਕੇ ਮੰਨਣਾ, ਆ ਗੱਲਾਂ ਕਰਕੇ ਨੀ ਮੰਨਣਾ, ਇਹ ਬਾਬਾ ਦੀਪ ਸਿੰਘ ਮੰਨਦਾ ਸੀ ਬਾਟੇ ਨੂੰ, ਐ ਮੰਨਣਾ। ਚਮਕਾ ਕੇ ਰੱਖਿਓ ਬਾਟਾ, ਤੁਸੀਂ ਬਾਟਾ ਚਮਕਾਇਓ ਬਾਟਾ ਤੁਹਾਨੂੰ ਚਮਕਾਊਗਾ, ਤੇ ਕਿਰਪਾ ਗੁਰੂ ਜੀ ਜਦੋਂ ਬਾਟਾ ਮਾਂਜਦੇ ਆ ਤਾਂ ਕਲਗੀ ਤਰ ਪਾਤਸ਼ਾਹ ਦੀ ਯਾਦ ਆਉਂਦੀ ਆ, ਜਦੋਂ ਸੀਲ ਮਾਂਜਦੇ ਆ ਅੰਗਰੇਜ਼ਾਂ ਦੀ ਯਾਦ ਆਉਂਦੀ ਆ, ਅੰਗਰੇਜ਼ਾਂ ਨੇ ਸੀਲ ਦਿੱਤੀ ਬਾਪੂ ਨੇ ਬਾਟਾ, ਬਾਪੂ ਦੀ ਮੰਜਣੀ ਅੰਗਰੇਜ਼ਾਂ ਦੀ ਮੰਜਣੀ ਕਿਵੇਂ ਠੀਕ ਹੋ ਜਾਵੇ। ਇਹਦੇ ਨਾਲ ਸਾਡੇ ਗੋਲੀਆਂ ਬੰਦ ਹੋ ਗਈਆਂ, ਸਾਡੇ ਕੋਲ ਹਾਨੀਆਂ ਦੀ ਹਾਨੀਆਂ 4 ਦਿਨ ਦੇ ਵਿੱਚ 2 ਦਿਨ ਦੇ ਵਿੱਚ 8 ਮਹੀਨੇ ਦੀ ਬੱਚੀ ਦੀ ਸਲਾਖ ਹੋਈ ਅੱਖਾਂ, ਉਹਦਾ ਪੈਸਾ ਵਧੀ ਕਿ ਬੀਬੀ ਦੀ ਪਾਸੇ ਕੀ ਹੈ ਮਤਲਬ ਜੇ ਨਿਕਲਦੀ ਲੋਕਾਂ ਦਾ ਭਲਾ ਹੋ ਗਿਆ ਲੋਕਾਂ ਦੀ ਬੰਦ ਕਰਾਇਆ। ਇੱਥੇ 1.5 ਸਾਲ ਬਾਅਦ ਆਏ ਆ, ਇਹਨੂੰ 1.5 ਸਾਲ ਹੋ ਗਏ ਫੋਨ ਕਰਦੇ ਸਾਡੇ ਕੋਲ ਕੋਈ ਬੋਲਦਾ ਠੀਕ।